रात नूं सीसीटीवी कैमरे विच दो कुड़ियां भजदियां देखियां जा सकदियां ने, जिन्हां दे पिछे भी दो नौजवान भजदे ने। पहला वेखो ही जलंधर दी वीडियो, फिर दसांगे पूरा मामला। दरअसल यह परिवार उत्तर प्रदेश का रहने वाला है और इन्हां कुड़ियां की माँ एक व्यापारी के घर विच काम करती सी। यह दोनों कुड़ियां जो व्यापारी के घर उस तो पैसे लैन गई तो पैसों के लैन देन नूं लैके झगड़ा इन्ना ज़्यादा वध गया कि जो सीसीटीवी कैमरे विच तस्वीर कैद हुई ने उन्होंने सब नूं हैरान कर दिता। ਬੁਲਾ ਕੇ ਅਤੇ ਇਹਨਾਂ ਨੂੰ ਉਹਨਾਂ ਨਾਲ ਜਦੋਂ ਗੱਲਬਾਤ ਕੀਤੀ, ਗੱਲਬਾਤ ਦੇ ਵਿੱਚ ਜਿਹੜਾ ਆਪਸ ਵਿੱਚ ਤਕਰਾਰ ਹੋ ਗਈ ਔਰ ਗਲੀ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੇ ਇਹਦੀ ਕੁੱਟਮਾਰ ਹੋਈ ਆ। ਸੀਸੀਟੀਵੀ ਫੁਟੇਜ ਜਿਹੜੀ ਹੈਗੀ ਆ ਉੱਥੋਂ ਘਟਾ ਕੇ ਕਿਸੇ ਨੇ ਉਹਨੂੰ ਵਾਇਰਲ ਕੀਤਾ। ਇਹ ਜਦੋਂ ਕੁੱਟਮਾਰ ਹੋਈ ਆ ਉਦੋਂ ਇਹ ਸਾਡੇ ਕੋਲ ਲੜਕੀਆਂ ਇਹ ਨਾ ਆਈਆਂ, ਨਾ ਸਾਡੇ ਕੋਲ ਪੁਲਿਸ ਕੋਲ ਕੋਈ ਸ਼ਿਕਾਇਤ ਆਈ ਆ। ਪਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਦੋਂ ਸਾਡੇ ਇਹ ਮਾਮਲਾ ਧਿਆਨ 'ਚ ਆਇਆ ਅਤੇ ਫਿਰ ਇਹਨਾਂ ਨਾਲ ਅਸੀਂ ਸੰਪਰਕ ਕੀਤਾ, ਕੰਮ ਕਰਕੇ ਅਤੇ ਇਹਨਾਂ ਕੋਲ ਦਰਖਾਸਤ ਲਈ, ਦਰਖਾਸਤ ਲੈ ਕੇ ਇਹਨਾਂ ਦੇ ਖਿਲਾਫ ਜਿਹੜੇ ਦੋ ਦੋਸ਼ੀ ਹੈਗੇ ਆ, ਅਨਿਲ ਕੁਮਾਰ ਸਾਨੋ ਬਨਾਰਸੀ ਦਾ ਅਤੇ 179 ਗ੍ਰੀਨ ਮਾਲ ਟਾਊਨ, ਨਿਊ ਗ੍ਰੀਨ ਮਾਲ ਟਾਊਨ, ਔਰ ਇਹਦਾ ਬੇਟਾ ਹੈਗਾ ਰਿਸ਼ੀ ਸਨ ਆਫ ਅਨਿਲ ਕੁਮਾਰ। ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 35 ਡੇਟਿਡ 9/3/21 ਅੰਡਰ ਸੈਕਸ਼ਨ 323 354 506 34 IPC ਦਰਜ ਕਰਕੇ ਅਤੇ ਇਹਨਾਂ ਦੇ ਘਰ ਰੇਡ ਕੀਤਾ। ਇਹ ਘਰੋਂ ਭੱਜੇ ਹੋਏ ਆ, ਜਲਦ ਤੋਂ ਜਲਦ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹ ਸਾਡੇ ਕੋਲ ਜਿਹੜੀ ਹੁਣ ਉਹਨਾਂ ਨੇ ਸਾਨੂੰ ਕੰਪਲੇਂਟ ਦਿੱਤੀ ਜਾਂ ਉਹਨਾਂ ਨੇ ਜੋ ਸਾਨੂੰ ਉਹਨੇ ਦੱਸਿਆ ਉਹਦੇ ਵਿੱਚ ਕੰਪਲੇਂਟ ਇਹ ਚੀਜ਼ ਜਿਹੜੀ ਕੋਈ ਨਹੀਂ ਦੱਸੀ ਹੈਗੀ ਸਾਨੂੰ, ਨਾ ਹੀ ਸਾਨੂੰ ਇਹਦੇ ਬਾਰੇ ਕੋਈ ਉਹਨਾਂ ਨੇ ਕੋਈ ਲਿਖਤੀ ਤੌਰ 'ਤੇ ਜਾਂ ਜ਼ਬਾਨੀ ਤੌਰ 'ਤੇ ਕਿਹਾ ਹੈਗਾ। ਫਿਰ ਵੀ ਜੇ ਇਹ ਗੱਲ ਕੋਈ ਹੈਗੀ ਆ ਤਾਂ ਉਹ ਤਫਤੀਸ਼ ਦਾ ਮਾਮਲਾ, ਇਹਨੂੰ ਦੁਬਾਰਾ ਕੋਈ ਲੜਕੀਆਂ ਨੂੰ ਇਹਨਾਂ ਨੂੰ ਲੇਡੀ ਪੁਲਿਸ ਅਫਸਰ ਦੀ ਹਾਜ਼ਰੀ ਦੇ ਵਿੱਚ ਲਾ ਕੇ ਪੁੱਛਗਿੱਛ ਕੀਤੀ ਜਾਵੇਗੀ। ਜੋ ਵੀ ਇਹ ਲੜਕੀਆਂ ਸਾਨੂੰ ਦੱਸਣਗੇ ਉਸ ਦਾ ਕਾਰਵਾਈ ਬਣੀ ਹੈ, ਪਰ ਲਿਖਤੀ ਤੌਰ ਦੇ ਉੱਤੇ ਜਿਹੜਾ ਹੈਗਾ ਥਾਣੇ ਦੇ ਵਿੱਚ ਜਿਹੜੇ ਕੋਈ ਦਰਖਾਸਤ ਨਹੀਂ ਦਿੱਤੀ ਸੀ ਵੀ ਥਾਣੇ ਦੇ ਬਾਹਰ ਕੋਈ ਜਾਂ ਕਿਸੇ ਨਾਕੇ ਦੇ ਕੋਈ ਗੱਲ ਕੀਤੀ ਕਿਸੇ ਮੁਲਾਜ਼ਮ ਨਾਲ, ਉਹ ਆਈਡੈਂਟੀਫਾਈ ਵੀ ਹੈ ਨਹੀਂ ਗਾ ਵੀ ਕਿਹਦੇ ਨਾਲ ਗੱਲ ਕੀਤੀ ਔਰ ਕਿਹਨੂੰ ਇਹ ਮਿਲੇ ਹੈਗੇ ਆ। ਜਦੋਂ ਇਹ ਸਾਡੇ ਧਿਆਨ 'ਚ ਆਈ ਹੈਗੀ ਅਸੀਂ ਇਮੀਡੀਏਟਲੀ ਐਕਸ਼ਨ ਲੈ ਕੇ ਅਰਜ਼ੀ ਦਰਜ ਕੀਤੀ। ਨਹੀਂ, ਉਹ ਜਦੋਂ ਇਹ ਮੁਕੱਦਮਾ ਦਰਜ ਹੋਣ ਤੋਂ ਬਾਅਦ ਜਦੋਂ ਇਹ ਗੱਲ ਸਾਹਮਣੇ ਆਈ ਉਹਨਾਂ ਦਾ ਇਹ ਅਸੀਂ ਜਦੋਂ ਬੁਲਾਉਣੇ ਨਹੀਂ ਹੈਗਾ ਉਹਨਾਂ ਨੂੰ ਵਰਸਨ ਜਿਹੜਾ ਲਿਆ ਹੈਗਾ ਉਹਨਾਂ ਨਾਲ ਜਦੋਂ ਗੱਲ ਕੀਤੀ ਵੀ ਇਹ ਤੁਸੀਂ ਕੁੱਟਮਾਰ ਕੀਤੀ ਹੈ, ਤੁਸੀਂ ਥਾਣੇ ਆਓ ਕਰਕੇ ਕਰਕੇ, ਉਹ ਫਿਰ ਘਰੋਂ ਭੱਜ ਗਏ, ਉਹ ਕਹਿੰਦੇ ਸਾਡੇ ਘਰੇ ਚੋਰੀ ਕੀਤੀ ਆ। ਉਦੋਂ ਬਾਅਦ ਉਹਨਾਂ ਨੇ ਕੱਲ੍ਹ ਇੱਕ ਦਰਖਾਸਤ ਦਿੱਤੀ ਹੈਗੀ ਆ। ਇਹ ਉੱਥੇ ਗ੍ਰੀਨ ਮਾਰਕ ਦੇ ਲਾਗੇ ਰਹਿ ਰਹੇ ਪ੍ਰਵਾਸੀ ਲੜਕੀਆਂ ਹੈਗੀਆਂ। ਇਹ 354 323 354 506 34 IPC ਦੇ ਤਹਿਤ ਮੁਕੱਦਮਾ ਦਰਜ ਹੋਇਆ।